ਮੁੱਖ ਮੰਤਰੀ ਨੇ ਦਿੱਤੀਆਂ। ਇਹ ਉਹ ਮੁੱਖ ਮੰਤਰੀ ਜਿਹੜਾ ਥੁੱਕ ਕੇ ਚੱਟਣ ਜਾਣਦਾ, ਇਹਦੀ ਮੈਂ ਗੱਲ ਕਰ ਰਿਹਾ ਕਿ ਸਾਡੇ ਏਰੀਏ ਦਾ ਇਹ ਸਾਡੇ ਕਾਲਜ ਦੇ ਵਿੱਚ ਸਿਰਫ ਪਲੱਸ ਟੂ ਕੀਤੀ ਹੈ ਇਸਨੇ, ਉਦੋਂ ਅੱਗੇ ਇਹਨੂੰ ਕੁਛ ਨੀ ਆਉਂਦਾ ਚੁਟਕਲਿਆਂ ਦਾ ਸਵਾਏ। ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ। ਸਾਨੂੰ ਪਤਾ ਮਹਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜ੍ਹਾਇਆ। ਉਹਦਾ ਵੀ ਕਿੱਸਾ ਕੁੱਤੇ ਹੀ ਸੀ ਕਿ ਪਹਿਲੇ ਪੀੜ ਦੇ ਵਿੱਚ ਉਹਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ। ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ, ਇੱਥੇ ਇਕੱਠ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ। ਔਰ ਜਦੋਂ ਸ਼ਾਮ ਤੱਕ ਛੁੱਟੀ ਹੋਣੀ ਤਾਂ ਉਹਦਾ ਸਾਈਕਲ ਵੀ ਸਟੂਡੈਂਟਾਂ ਨੇ ਚੱਕ ਕੇ ਦੇਣਾ, ਕਿਤੇ ਰਾਹ ਸਿੱਟ ਜਾਣਾ। ਮਤਲਬ ਇਹ ਹੈ, ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ। ਇਹਦੀ ਮਾਂ ਜਿਹੜੀ 25,000-30,000 ਪੈਨਸ਼ਨ ਲੈਂਦੀ ਆ, ਤੇ ਉਹ ਆ ਕੁੜੀਆਂ ਜਿਹੜੀਆਂ ਮਿਡ ਡੇ ਮੀਲ ਵਰਕਰ ਨੇ ਜਾਂ ਹੋਰ ਆਸ਼ਾ ਵਰਕਰ ਨੇ ਜਿਹਦੇ ਨੂੰ ਗੁਜ਼ਾਰੇ ਪੱਤੇ ਦੇ ਵਿੱਚ ਮਿਲਦਾ, ਉਹ ਆਪਦੀ ਮਾਂ ਦੀ ਪੈਨਸ਼ਨ ਨਹੀਂ ਦਿੰਦੀ। ਉਹ ਆ ਜਿਹੜੇ ਪੈਨਸ਼ਨਰ ਬੈਠੇ ਨੇ ਉਹ ਪੈਨਸ਼ਨ ਨਹੀਂ ਦਿੰਦੀ। ਉਹੀ ਮਾਂ ਇਹਦੀ ਜਿਹੜੀ ਖੁਰਲੀਆਂ ਦੇ ਵਿੱਚ ਹੱਥ ਮਾਰਦੀ ਸੀ, ਅੱਜ ਉਹਦੀਆਂ ਡੌਲਿਆਂ ਤੱਕ ਬਾਹਾਂ ਸਿਉਰਿਆਂ ਨਾਲ ਭਰੀਆਂ ਹੋਈਆਂ, ਉਹਦੀ ਭੈਣ ਉਹਦੀਆਂ ਬਾਹਾਂ ਇੱਥੋਂ ਤੱਕ ਭਰੀਆਂ ਹੋਈਆਂ। ਔਰ ਤੁਹਾਨੂੰ ਇੱਕ ਹੋਰ ਕਮਾਲ ਦੀ ਗੱਲ ਜੇ ਦੱਸ ਦਈਏ, ਦੱਸਣ ਲੱਗਿਆ ਕਿ ਜਿਹੜੀਆਂ ਭਰਜਾਈਆਂ ਆਪਣੀਆਂ ਨਣਦਾਂ ਨੂੰ ਦਾ ਗਿਫਟ ਦਿੰਦੀਆਂ ਆਈਆਂ, ਔਰ ਪਹਿਲੀ ਵਾਰੀ ਹੈ ਇਹਦੀ ਭੂਆ ਨੇ ਆਪਦੀ ਭਰਜਾਈ ਨੂੰ 5 ਕਿੱਲੇ ਜ਼ਮੀਨ ਗਿਫਟ ਕੀਤੀ। ਉਹ ਗਿਫਟ ਜ਼ਮੀਨ ਉਹਨੇ ਆਪਣੀ ਕੋਈ ਜੱਦੀ ਪੁਸ਼ਤੀ ਨਹੀਂ ਕੀਤੀ, ਉਹ ਠੱਗੀ ਦੇ ਮਾਲ ਦੇ ਵਿੱਚੋਂ ਹਿੱਸਾ ਆਇਆ ਵਾ ਸੀ, ਜਿਹੜਾ ਉਹਦੀ ਭੈਣ ਦੇ ਨਾਲ ਰਾਹੀਂ ਇਹਦੇ ਕੋਲੇ ਆਇਆ। ਅੱਜ ਕਹਿਣ ਨੂੰ ਕਹਿੰਦਾ ਮੈਂ ਪੈਸਾ ਨਹੀਂ ਲੈਂਦਾ। ਮੁੱਖ ਮੰਤਰੀ ਨੇ ਦਿੱਤੀਆਂ, ਇਹ ਉਹ ਮੁੱਖ ਮੰਤਰੀ ਜਿਹੜਾ ਥੁੱਕ ਕੇ ਚੱਟਣ ਜਾਣਦਾ, ਇਹਦੀ ਮੈਂ ਗੱਲ ਕਰ ਰਿਹਾ ਕਿ ਸਾਡੇ ਏਰੀਏ ਦਾ ਇਹ ਸਾਡੇ ਕਾਲਜ ਦੇ ਵਿੱਚ ਸਿਰਫ ਪਲੱਸ ਟੂ ਕੀਤੀ ਹੈ ਇਸਨੇ, ਉਦੋਂ ਅੱਗੇ ਇਹਨੂੰ ਕੁਛ ਨੀ ਆਉਂਦਾ ਚੁਟਕਲਿਆਂ ਦਾ ਸਵਾਏ। ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ। ਸਾਨੂੰ ਪਤਾ ਮਹਿੰਦਰ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਕਿੰਨੇ ਕੁ ਬੱਚਿਆਂ ਨੂੰ ਪੜ੍ਹਾਇਆ। ਉਹਦਾ ਵੀ ਕਿੱਸਾ ਕੁੱਤੇ ਹੀ ਸੀ ਕਿ ਪਹਿਲੇ ਪੀੜ ਦੇ ਵਿੱਚ ਉਹਨੇ ਆਪਣੀ ਸ਼ਰਾਬ ਦੀ ਬੋਤਲ ਖੋਲ ਲੈਣੀ। ਇੱਥੇ ਸਾਡਾ ਸਾਥੀ ਉਹਦੇ ਨਾਲ ਜਿਹੜਾ ਟੀਚਰ ਰਿਹਾ, ਇੱਥੇ ਇਕੱਠ ਦੇ ਵਿੱਚ ਕਿਤੇ ਨਾ ਕਿਤੇ ਪਵਨ ਕੁਮਾਰ ਖੜਾ ਹੋਊਗਾ। ਔਰ ਜਦੋਂ ਸ਼ਾਮ ਤੱਕ ਛੁੱਟੀ ਹੋਣੀ ਤਾਂ ਉਹਦਾ ਸਾਈਕਲ ਵੀ ਸਟੂਡੈਂਟਾਂ ਨੇ ਚੱਕ ਕੇ ਦੇਣਾ, ਕਿਤੇ ਰਾਹ ਸਿੱਟ ਜਾਣਾ। ਮਤਲਬ ਇਹ ਹੈ, ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ। ਇਹਦੀ ਮਾਂ ਜਿਹੜੀ 25,000-30,000 ਪੈਨਸ਼ਨ ਲੈਂਦੀ ਆ, ਤੇ ਉਹ ਆ ਕੁੜੀਆਂ ਜਿਹੜੀਆਂ ਮਿਡ ਡੇ ਮੀਲ ਵਰਕਰ ਨੇ ਜਾਂ ਹੋਰ ਆਸ਼ਾ ਵਰਕਰ ਨੇ ਜਿਹਦੇ ਨੂੰ ਗੁਜ਼ਾਰੇ ਪੱਤੇ ਦੇ ਵਿੱਚ ਮਿਲਦਾ, ਉਹ ਆਪਦੀ ਮਾਂ ਦੀ ਪੈਨਸ਼ਨ ਨਹੀਂ ਦਿੰਦੀ। ਉਹ ਆ ਜਿਹੜੇ ਪੈਨਸ਼ਨਰ ਬੈਠੇ ਨੇ ਉਹ ਪੈਨਸ਼ਨ ਨਹੀਂ ਦਿੰਦੀ। ਉਹੀ ਮਾਂ ਇਹਦੀ ਜਿਹੜੀ ਖੁਰਲੀਆਂ ਦੇ ਵਿੱਚ ਹੱਥ ਮਾਰਦੀ ਸੀ, ਅੱਜ ਉਹਦੀਆਂ ਡੌਲਿਆਂ ਤੱਕ ਬਾਹਾਂ ਸਿਉਰਿਆਂ ਨਾਲ ਭਰੀਆਂ ਹੋਈਆਂ, ਉਹਦੀ ਭੈਣ ਉਹਦੀਆਂ ਬਾਹਾਂ ਇੱਥੋਂ ਤੱਕ ਭਰੀਆਂ ਹੋਈਆਂ। ਔਰ ਤੁਹਾਨੂੰ ਇੱਕ ਹੋਰ ਕਮਾਲ ਦੀ ਗੱਲ ਜੇ ਦੱਸ ਦਈਏ, ਦੱਸਣ ਲੱਗਿਆ ਕਿ ਜਿਹੜੀਆਂ ਭਰਜਾਈਆਂ ਆਪਣੀਆਂ ਨਣਦਾਂ ਨੂੰ ਦਾ ਗਿਫਟ ਦਿੰਦੀਆਂ ਆਈਆਂ, ਔਰ ਪਹਿਲੀ ਵਾਰੀ ਹੈ ਇਹਦੀ ਭੂਆ ਨੇ ਆਪਦੀ ਭਰਜਾਈ ਨੂੰ 5 ਕਿੱਲੇ ਜ਼ਮੀਨ ਗਿਫਟ ਕੀਤੀ। ਉਹ ਗਿਫਟ ਜ਼ਮੀਨ ਉਹਨੇ ਆਪਣੀ ਕੋਈ ਜੱਦੀ ਪੁਸ਼ਤੀ ਨਹੀਂ ਕੀਤੀ, ਉਹ ਠੱਗੀ ਦੇ ਮਾਲ ਦੇ ਵਿੱਚੋਂ ਹਿੱਸਾ ਆਇਆ ਵਾ ਸੀ, ਜਿਹੜਾ ਉਹਦੀ ਭੈਣ ਦੇ ਨਾਲ ਰਾਹੀਂ ਇਹਦੇ ਕੋਲੇ ਆਇਆ। ਅੱਜ ਕਹਿਣ ਨੂੰ ਕਹਿੰਦਾ ਮੈਂ ਪੈਸਾ ਨਹੀਂ ਲੈਂਦਾ।